लुधियाना अदालत दे बाहर चलिया गोलियां गोलियां चलिया जी दो तीन। गोलियां चलन कारण शहर च मचिया हड़कंप। ਨਹੀਂ ਪਤਾ ਕਿਹੜੀ ਗੱਲ ਤੋਂ ਖੜੇ ਸੀਗੇ ਇੱਥੇ ਕਿੰਨੇ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਬਸ ਦੋ ਸੁਣੀਆਂ ਸਨ ਦੋ ਗੋਲੀਆਂ ਸੁਣੀਆਂ ਨੇ ਲੁਧਿਆਣਾ ਦੀ ਅਦਾਲਤ ਦੇ ਬਾਹਰ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸ਼ਹਿਰ 'ਚ ਹੜਕੰਪ ਮਚ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ACP ਸੁਮਿਤ ਸੂਦ ਨੇ ਦੱਸਿਆ ਕਿ ਉਹ ਹੁਣੇ ਹੀ ਪਹੁੰਚੇ ਨੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਨੇ। गोली चली है वो इस करके आए हैं इन्वेस्टिगेट कर रहे हैं असि तो ब्रीफ करेंगे प्रॉपर ब्रीफ कर दे मैं कच्ची गल भाई साहब अजे एक मिनट का टाइम होया मैं उरे पहुंचे How can I make any statement? Just 60 seconds हो गए। ठीक है सर, ठीक है, ठीक है। करो जी, करो। जगह चली कड़ी गया का गोलियां किन्ने चलाईया? ओ नहीं पता सर। बाजी हुने असि बाद चो आए हैं सर। ਤੁਸੀਂ ਕਿਹੜੀ ਜਗ੍ਹਾ ਖੜੇ ਹੋ ਭਾਜੀ? ਅਸੀਂ ਕਚਹਿਰੀ ਦੇ ਬਾਹਰ ਦੇ ਪਾਸੇ ਬਿਲਕੁਲ। ਤੇ ਗੋਲੀਆਂ ਕਿੰਨੀਆਂ ਤੁਹਾਡੇ ਖੋਲ ਕਿੰਨੇ ਮਿਲੇ? ਦੋ ਮਿਲੇ। ਦੋ ਮਿਲੇ ਪਹਿਲਾਂ ਕਿੰਨੇ ਬੰਦੇ ਸੀਗੇ? ਚੱਲੇ ਪਤਾ ਲੱਗਿਆ ਤੁਹਾਨੂੰ ਪਤਾ ਨਹੀਂ ਸਰ ਹੋਇਆ ਕੀ ਇਹਦੇ ਬਾਰੇ ਹਜੇ ਕਲੀਅਰ ਕਰ ਰਹੇ ਹਾਂ ਫਿਰ ਦੱਸਦੇ ਹਾਂ। ਠੀਕ ਆ। ਉੱਥੇ ਦੂਜੇ ਪਾਸੇ ਚਸ਼ਮਦੀਦ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਇੱਥੋਂ ਲੰਘ ਰਿਹਾ ਸੀ ਜਦੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਤੁਰ ਕੇ ਆ ਰਹੇ ਸੀ ਅਸੀਂ ਤਾਂ ਇੱਧਰ ਨੂੰ ਗੋਲੀਆਂ ਚੱਲੀਆਂ ਜੀ ਦੋ ਤਿੰਨ। ਹਾਂਜੀ ਪਤਾ ਨੀਗਾ ਜੀ ਇੱਦਾਂ ਨੀ ਪਤਾ ਭੱਜ ਗਏ ਲੱਗੀ ਦੇਖਿਆ ਇੱਕ ਨੂੰ ਲੈ ਕੇ ਗਏ ਹੱਥ 'ਚ ਪਾ ਕੇ ਲੱਗੀ ਹੋਈ ਸੀ ਹੱਥ 'ਚ ਬਾਕੀ ਤਾਂ ਦੇਖਿਆ ਨੀ ਕੋਈ। ਤੁਹਾਡਾ ਨਾਮ ਕੀ ਨਾਮ ਆਪਣਾ? ਮੇਰਾ ਨਾਮ ਤਾਂ ਸੁਖਦੀਪ ਸਿੰਘ ਆ ਜੀ। ਸੁਖਦੀਪ ਸਿੰਘ ਜੀ ਹਾਂਜੀ। ਕਿੰਨੇ ਕੁ ਬੰਦੇ ਸੀ ਗੋਲੀ ਚਲਾਉਣ ਵਾਲੇ ਕੋਈ ਪਤਾ ਚੱਲਿਆ? ਇੰਨਾ ਨਹੀਂ ਪਤਾ ਲੱਗਿਆ ਜੀ ਰਾਤ ਦੇ ਵਿੱਚ ਪਤਾ ਨਹੀਂ ਲੱਗਿਆ ਕੋਈ। ਅੱਛਾ ਜੀ। ਕਿੰਨੇ ਰਾਊਂਡ ਫਾਇਰਿੰਗ ਹੋਈ ਹੈ? ਤਿੰਨ ਹੋਏ ਆ ਜੀ। ਤਿੰਨ ਹੋਏ ਫਾਇਰ? ਹਾਂਜੀ। ਕਿਹੜੀ ਜਗ੍ਹਾ ਹੋਈ? ਕਚਹਿਰੀ? ਆਹ ਕਚਹਿਰੀ ਦੇ ਬਾਹਰ ਬੈਕ ਸਾਈਡ ਤੇ। चलो यार चलिए आप तरीक हो गई। A1 मीडिया ले लुधियाना तो दिव्यांशु भंडारी की खास रिपोर्ट। लुधियाना अदालत दे बाहर चलिया गोलियां गोलियां चलिया जी दो तीन। पता नहीं गा जी इदा नहीं पता भज गए लगी देखिए एक नू लेके गए हाथ च पा के लगी हुई सी हाथ च दोषी होया फरार। गोलियां चलन कारण शहर च मचिया हड़कंप। नहीं पता कि खड़े सी किनिया गोलियां चलिया किनिया गोलियां? बस दो सुनिया सन दो गोलियां सुनिया ने। लुधियाना की अदालत दे बाहर गोलीबारी होने का मामला सामने आया है। घटना तो बाद शहर च हड़कंप मच गया अते पुलिस ने मौके ते पहुंच के मामले की जांच शुरू कर दिती है, जबकि दोषी मौके तो फरार हो गया। ACP सुमित सूद ने दसिया कि ओह हुणे ही पहुंचे ने अते मामले की जांच कर रहे ने। ਅਸੀਂ ਵੀ ਹੈਵ ਜਸਟ ਅਰਾਈਵਡ ਐਟ ਦੀ ਸਟਾਪ।
गोली चली है वो इसे करके आए हैं इन्वेस्टिगेट कर रहे हैं असि तो ब्रीफ करेंगे प्रॉपर ब्रीफ कर दे मैं कच्ची गल भाई साहब अजे एक मिनट का टाइम होया मैं उरे पहुंचे How can I make any statement? लगी देखे एक नू लेके गए हाथ च पा के लगी हुई सी हाथ च बाकी तो देखा नहीं कोई मेरा तो सुखदीप सिंह है जी सुखदीप सिंह जी ਕਿੰਨੇ ਕੁ ਬੰਦੇ ਸੀ ਗੋਲੀ ਚਲਾਉਣ ਵਾਲੇ ਕੋਈ ਪਤਾ ਨਹੀਂ ਇੰਨਾ ਨਹੀਂ ਪਤਾ ਲੱਗਿਆ ਰਾਸ਼ ਦੇ ਵਿੱਚ ਪਤਾ ਨਹੀਂ ਲੱਗਿਆ ਕੋਈ ਅੱਛਾ ਕਿੰਨੇ ਰਾਉਂਡ ਫਾਇਰਿੰਗ ਹੋਈ ਹੈ ਤਿੰਨ ਹੋਏ ਆ ਜੀ ਤਿੰਨ ਹੋਏ ਫਾਇਰ ਇਹ ਕਿਹੜੀ ਜਗ੍ਹਾ ਹੋਈ ਕੱਚਾ ਜੀ ਹਾਂ ਜੀ ਕਚਹਿਰੀ ਦੇ ਬਾਹਰ ਬੈਕ ਸਾਈਡ ਤੇ दो मुंडे फड़े गए चलो यार चलिए दिव्यांशु भंडारी की खास रिपोर्ट।